ਅਸਲਾਮੁਅਲੈਕੁਮ, ਕੀ ਹਾਲ ਚਾਲ ਆ ਜੀ? ਸਾਰਿਆਂ ਦਾ ਠੀਕ ਠਾਕ ਹੋ? ਤੁਸੀਂ ਸਾਰੇ ਸੋਚਦੇ ਹੋਵੋਗੇ ਕਿ 2-3 ਦਿਨਾਂ ਤੋਂ ਵਲੋਗ ਕਿਉਂ ਨਹੀਂ ਆਇਆ। ਵਲੋਗ ਭਾਈ ਇਸ ਵਾਸਤੇ ਨਹੀਂ ਆਇਆ, ਸਾਡਾ ਗੋਸ਼ੀ ਗਾਇਬ ਹੋਇਆ ਹੋਇਆ ਸੀਗਾ, ਇਹ ਵੰਗਾਰ ਕੱਢਣ ਗਿਆ ਹੋਇਆ ਸੀਗਾ। ਠੀਕ ਆ ਜੀ, ਵੰਗਾਰ ਸੀਗੀ ਜੀ ਇਹਦੀ, ਪੁੱਫੀ ਦੀ ਮੂੰਜੀ। ਕੱਲ੍ਹ ਆਇਆ ਵਾ? ਕਿਉਂ ਗੋਸ਼ੀ ਕੱਲ੍ਹ ਰਾਤੀ ਆਇਆ? ਕਿਤਨੇ ਵਜੇ? ਛੇ ਸ਼ਾਮੀ 6 ਵਜੇ? ਹੈਂ, ਸ਼ਾਮੀ 6 ਵਜੇ ਆਇਆ ਹੈ ਜੀ ਗੋਸ਼ੀ। ਤਾਂ ਅੱਜ ਕੀਤੀ ਪਿਆ ਸਾਨੂੰ ਲੇਟ। ਠੀਕ ਹੈ, ਧੁੱਪ ਝੜ ਗਈ ਹੈ ਤੇ ਗੂਆ ਹੁਣ ਦਿਨ ਦਾ ਪਿਵਦਾ। ਕਿਉਂ ਗੋਸ਼ੀ ਆ, ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡੇ? ਸਾਰਿਆਂ ਦਾ ਠੀਕ ਠਾਕ ਹੋ? ਕੀ ਹੋ ਰਿਹਾ ਵਾ? ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਵਾਹਵਾ ਹੁੰਦੀ ਰਹੀ ਆ, ਲੇਕਿਨ ਭਾਈ ਹੁਣ ਗਰਮੀ ਨੇ ਆਪਣਾ ਆਪ ਦਿਖਾਉਣਾ ਸ਼ੁਰੂ ਕਰ ਦਿੱਤਾ ਵਾ। ਅੱਜ ਗਰਮੀ ਪੈ ਰਹੀ ਆ ਸਹੀ, ਬਸ ਬਹੁਤ ਜ਼ਿਆਦਾ ਹੋਇਆ ਹੋਇਆ ਵਾ, ਧੁੱਪ ਵੀ ਅਖੀਰ ਆ। ਅੱਜ ਗੋਸ਼ੀ ਭਾਈ ਲੇਟ ਹੋ ਗਿਆ ਵਾ, 8 ਵੱਜ ਗਏ ਆ ਤੇ ਹੁਣ ਇਹ ਜੀ ਗੋਹਾ ਲੱਦਦਾ ਪਿਆ, ਹਜੇ ਪੱਠੇ ਵਾਢਾ ਹੈ ਮੁੰਡਾ, ਸਵੇਰੇ ਸਵੇਰੇ ਜਾਗ ਤੇ ਹੁਣ ਬਸ ਗੋਹਾ ਲੱਦੇਗਾ, ਉੱਤੇ ਜਾ ਕੇ ਉੱਥੇ ਸਿੱਟ ਕੇ ਤੇ ਪੱਠੇ ਲਾ ਦੇ ਕੇ ਤੇ ਘਰ ਨੂੰ। ਕਿਉਂ ਗੋਸ਼ੀ ਉਸਤਾਦ? ਹਾਂਜੀ, ਵੈਲਕਮ ਬੈਕ। ਆਤਿਓਂ ਅਸੀਂ ਆ ਗਏ ਸੀਗੇ ਜੀ ਪੱਠੇ ਪੁੱਠੇ ਲੈ ਕੇ, ਗਰਮੀ ਬਹੁਤ ਜ਼ਿਆਦਾ ਸੀਗੀ ਉਸ ਟਾਈਮ, ਅਤੇ ਇੱਕ ਝੋਟੇ ਨੇ ਵੀ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ, ਜੁੜਦਾ ਹੀ ਨਹੀਂ ਪਿਆ ਸੀਗਾ ਜੀ, ਬੜੀ ਔਖਾ ਜਿਹਾ ਉਹਨੂੰ ਜੋੜਿਆ ਅਤੇ ਆਪ ਤਿਉਗ ਇਹਨਾਂ ਰੋਟੀ ਰੂਟੀ ਦੇ ਕੇ, ਲੇਕਿਨ ਆਹ ਬਾਲਾ ਰੱਖੇ ਖੈਰ ਹੋ ਗਿਆ ਸੀਗਾ, ਜੁੜ ਗਿਆ ਜੀ। ਫਿਰ ਅਸੀਂ ਔਖੇ ਸੌਖੇ ਜਾ ਕੇ ਲੈ ਸੀਗੇ ਪੱਠੇ, ਅਤੇ ਗਰਮੀ ਬਹੁਤ ਜ਼ਿਆਦਾ ਸੀਗੀ ਉਸ ਟਾਈਮ, ਪਸੀਨਿਓ ਪਸੀਨੀ ਸ਼ਰਾ ਬੂਰ ਹੋ ਰਿਹਾ ਸੀ ਪਸੀਨੇ ਦੇ ਨਾਲ, ਅਤੇ ਇਸ ਵਾਸਤੇ ਵੀਡੀਓ ਨਹੀਂ ਫਿਰ ਬਣਾ ਸਕੇ। ਹੁਣ ਟਾਈਮ ਹੋ ਗਿਆ 3 ਵੱਜ ਗਏ, 3 ਵੱਜ ਕੇ ਤੂੜੀ ਲੈ ਆਏ ਨਹੀਂ, ਮੈਂ ਤਾਂ ਕਹਿੰਦਾ ਪੱਠੇ ਸਿੱਟ ਜਾ ਫਿਰ ਆਪੇ ਤਸੱਲੀ ਦੇ ਨਾਲ, ਹੈ ਸਹੀ ਨਹੀਂ ਉਹ ਟਾਈਮ ਲੱਗ ਜਾਣਾ ਮਾਮਾ। ਅੱਛਾ, ਮਾਨੀ ਡੰਗਰ ਨਲਾਉਣ ਲੱਗਾ, ਉਹ ਨੀਂਦ ਚ ਹਜੇ ਗੋਸ਼ੀ। ਲੋ ਜੀ ਮਾਮਾ ਚੱਲਾ ਤੂੜੀ ਚੁੱਕਾਂ ਪੈਦਲ ਹੀ, ਤੁਹਾਨੂੰ ਦੱਸਿਆ ਨਾ ਸੁਬਹਾ ਬੜਾ ਤੰਗ ਕੀਤਾ ਉਹਨੇ ਕੱਟੇ ਨੇ, ਇਸ ਵਾਸਤੇ ਉਹ ਤੇ ਤੂੜੀ ਨਹੀਂ ਰੱਖ ਸਕੇ ਸੀ, ਅਸੀਂ ਖੜ੍ਹਾ ਹੀ ਉਹਨੂੰ ਜੋੜਿਆ ਹੋਇਆ ਸੀ ਖੜ੍ਹੇ ਦੇ ਉੱਤੇ, ਲੱਦ ਲਏ ਸੀਗੇ ਪੱਠੇ, ਕਿਉਂਕਿ ਮਾਮਾ ਪਹਿਲੇ ਫਜਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਧਾਰਾਂ ਧੁਰਾਂ ਕੱਢ ਕੇ ਨਾ ਜਾ ਕੇ ਲੈ ਆਉਂਦਾ ਹੁੰਦਾ ਵਾ, ਪੱਠੇ ਵੱਢਣ ਚਲਾ ਜਾਂਦਾ ਹੁੰਦਾ, ਪੱਠੇ ਵੱਢ ਕੇ ਰੱਖ ਕੇ ਉੱਥੇ ਆ ਜਾਂਦਾ, ਫਿਰ ਇੱਧਰੋਂ ਰੇੜਾ ਜੋੜ ਕੇ ਜਾਂਦਾ ਵਾ ਤਾਂ ਉੱਥੇ ਪੱਠੇ ਲੱਦ ਕੇ ਤੇ ਲੈ ਆਇਆ ਅੱਜ। ਇਸ ਵਾਸਤੇ ਅੱਗੇ ਅਸੀਂ ਜਿਹੜਾ ਝੋਟਾ ਸੀਗਾ ਉਹਨੂੰ ਕੱਢ ਦੇਈਦਾ ਸੀਗਾ ਉਹ ਵਿੱਚੋਂ ਰੇੜੇ 'ਚੋਂ, ਵੀ ਉੱਥੇ ਪੱਠੇ ਪੁੱਠੇ ਖਾ ਲੈਂਦਾ ਸੀਗਾ, ਤਾਂ ਅੱਜ ਫਿਰ ਉੱਦਾਂ ਹੀ ਖੜ੍ਹਾ ਹੀ ਰੱਖਿਆ, ਖੜ੍ਹਾ ਹੀ ਉੱਥੇ ਖੜ੍ਹੇ 'ਤੇ ਹੀ ਫਿਰ ਲੱਦ ਲਿਆ, ਕਿਉਂਕਿ ਫਿਰ ਉਹ ਦੁਬਾਰਾ ਜੋੜਦਾ ਨਹੀਂ ਹੈਗਾ, ਇਸ ਵਾਸਤੇ ਨਾ ਜੀ ਲੇਟ ਹੋ ਗਿਆ। ਉਹ ਫਿਰ ਤੂੜੀ ਨਹੀਂ ਉੱਥੋਂ ਰੱਖ ਸਕੇ, ਤੂੜੀ ਨਹੀਂ ਰੱਖ ਸਕੇ ਉਹਦੀ ਵਜ੍ਹਾ ਤੋਂ ਫਿਰ ਹੁਣ ਮਾਮਾ ਅਤੇ ਗੋਸ਼ੀ ਦੋਨੋਂ ਚਲੇ ਗਏ ਤੂੜੀ ਚੁੱਕਣ, ਆਪਣਾ ਨਾਲ ਹੀ ਆ ਜ਼ਮੀਨ ਇੱਥੇ ਸਿਰ ਦੇ ਉੱਤੇ ਰੱਖ ਲਿਆਉਣ ਦੇ। ਬਾਕੀ ਹੋਰ ਤੁਸੀਂ ਸੁਣਾਓ ਜੀ ਕਿੱਦਾਂ ਤੁਹਾਡੇ ਹਾਲ ਅਹਿਵਾਲ? ਠੀਕ ਆ, ਸਭ ਠੀਕ ਆ। ਆਹ ਸਾਡਾ ਸੈਟਅਪ ਹੈ ਜੀ, ਮੱਝਾਂ ਗਾਈਆਂ ਇੱਥੇ ਨਲਾਈ ਦੀਆਂ, ਮਾਨੀ ਤੂੰ ਨਾ ਲੈ ਆ ਮੱਝਾਂ, ਕਿਉਂ ਮਾਨੀ ਤੂੰ ਇੱਕ ਇੱਕ ਕਰਕੇ ਲਈ ਆ ਮੱਝ, ਨਲਾਈ ਜਾਂਦੇ ਆ ਦੋਨੋਂ। ਹੈਂ, ਆ ਚੰਗੀ ਤਰ੍ਹਾਂ ਸਾਫ਼ ਤਾਂ ਕਰ, ਇਹਨੂੰ ਤੂੰ ਪਾਣੀ ਮਾਰ, ਬਸ ਠੀਕ ਆ, ਉਹਨੂੰ ਘੋਟ ਦੇ ਪਾਣੀ ਥੋੜ੍ਹਾ ਜਿਹਾ ਵਿੱਚ ਜਮ੍ਹਾਂ ਹੋ ਜਾਵੇ। ਹੈਂ, ਮੱਝਾਂ ਕੱਢ ਲਈਆਂ ਬਾਹਰ, ਪਾਣੀ ਪੂਣੀ ਪਿਲਾ ਕੇ ਮੱਝਾਂ ਨੂੰ ਨਲਾ ਕੇ ਚਾਵਲ ਦੇ ਕੇ, ਯਾਰ ਚੰਗਾ ਨਹੀਂ ਲੱਗਦਾ ਮੱਝਾਂ ਜਿਹੜੀਆਂ ਨਾ ਜੀ, ਬੜਾ ਚਮਕੀਲਾ ਜਿਹਾ ਜਾਨਵਰ ਹੁੰਦਾ ਵਾ, ਠੀਕ ਹੈ ਜੀ, ਲਿਸ਼ੂ ਲਿਸ਼ੂ ਕਰਦੀਆਂ ਸੋਹਣੀਆਂ ਲੱਗਦੀਆਂ, ਗੰਦੀਆਂ ਜਿਸਲੇ ਹੋਣ ਨਾ ਜੀ ਉਹਨਾਂ ਕੋਲ ਚਸ ਨਹੀਂ ਰਹਿੰਦੀ, ਇਸ ਵਾਸਤੇ ਅਸੀਂ ਆਪਣੀਆਂ ਮੱਝਾਂ ਨੂੰ 2 ਟਾਈਮ ਨਲਾਈ ਦਾ, ਠੀਕ ਆ, ਇਸ ਵਾਰੀ ਆਪਣੀ ਪੂਰੀ ਸੇਵਾ ਕਰੀ ਦੀ ਹੈ ਜੀ, ਉੱਦਾਂ ਵੀ ਸਫਾਈ ਮਾਣ ਆਈ।
लो जी नला हो गया, नहाइया नहाइया इन्हों दिन हो गई मैं लै जा जी, बस पानी पिलाओ ठीक है, तो बाकी बन गया है यदा पानी खुरली का कढ़ दौ फिर ताज़ा भरे। लो जी गर्मी बहुत ज़्यादा है, ठीक है जी। कारी साहब का भी हूँ टाइम लग गया साढ़े का है, 4 बजे उठ के आ जाते हैं जी पट्ठे कुतरन, इतने सारी दिहाड़ी इन्हों दी नींदा ही नहीं पूरियां होंदियां। अस हाँ जी शाम के बज गए जी 6, ठीक है जी मगरब का टाइम हो चला वा, धारा धूरा असी कढ़ ली हैं, फ्री हो गए बिल्कुल। तो मैं क्या जी हूँ इतने वीडियो का इख्तिताम कर ली हैं इस वास्ते। होर सुनाओ किदा, सब ठीक ठाक है जी माशाल्लाह जी। देखो मझा अपनिया खा पी के ठीक है जी, हूँ बह बू गई सही है, असी चवाई कर ली हुई है, हूँ दुध लैके घर चल जाना वा, ठीक है उत्थे नहाने जाके चेंज चूंज करते हैं, काम वाली वर्दी ला देनी है ठीक है। बाकी यार कमेंट्स के अपना जरूर दस्या करो तुहानू किदां दा व्लॉग लगा वा, ठीक है। बाकी अपना बहुत ज़्यादा सारा ख्याल रखियो, ठीक है जी, सानू दियो इजाज़त, ओके अल्लाह दे हवाले।